ਦੋਸਤੋ ਅੱਜ ਅਸੀਂ ਲੈ ਕੇ ਆਏ ਹਾਂ ਸਪਨਾ ਚੌਧਰੀ ਦੀ ਬਾਇਓਗ੍ਰਾਫੀ, ਜਿਸ ਨੇ ਹਰਿਆਣਾ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਪੂਰੀ ਧੂਮ ਮਚਾ ਰੱਖੀ ਹੈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਸਾਡਾ ਚੈਨਲ ਰੋਇਲ ਪੰਜਾਬ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਇਸ ਨੇ ਕਈ ਸਾਰੇ ਗਾਣਿਆਂ ਵਿੱਚ ਵੀ ਕੰਮ ਕੀਤਾ ਹੈ। ਸਪਨਾ ਦਾ ਜਨਮ 25 ਸਤੰਬਰ 1990 ਨੂੰ ਰੋਹਤਕ ਦੇ ਵਿੱਚ ਹੋਇਆ। ਰੋਹਤਕ ਵਿੱਚ ਹੀ ਇਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। 9 ਸਾਲ ਦੀ ਉਮਰ ਵਿੱਚ ਹੀ ਇਹਨਾਂ ਨੂੰ ਡਾਂਸ ਅਤੇ ਗਾਉਣ ਦਾ ਸ਼ੌਂਕ ਪੈ ਗਿਆ। 12 ਸਾਲ ਦੀ ਉਮਰ ਵਿੱਚ ਜਦੋਂ ਇਸਦੇ ਪਿਤਾ ਦੀ ਮੌਤ ਹੋ ਗਈ ਤਾਂ ਇਸਦੀ ਮਾਂ ਨੀਲਮ ਅਤੇ ਦੋਵੇਂ ਭੈਣ ਭਾਈਆਂ ਦੀ ਜ਼ਿੰਮੇਦਾਰੀ ਇਸਦੇ ਗਲ ਪੈ ਗਈ। ਪਰ ਕਿਸਮਤ ਕਦੋਂ ਬਦਲਦੀ ਹੈ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਰਾਗਣੀ ਵਿੱਚ ਉਹਨਾਂ ਦੀ ਪਰਫਾਰਮੈਂਸ ਦੇਖਣ ਲਈ ਭੀੜ ਬਹੁਤ ਜੁੜਨ ਲੱਗੀ। ਜਦੋਂ ਉਹਨਾਂ ਦਾ ਗਾਣਾ ਸੋਲਿਡ ਬੋਡੀ ਆਇਆ ਤਾਂ ਸਪਨਾ ਨੇ ਦਿੱਲੀ ਦੇ NCR ਤੋਂ ਲੈ ਕੇ ਹਰਿਆਣਾ, ਪੰਜਾਬ ਅਤੇ UP ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਹਰ ਪਾਸੇ ਸੋਲਡ ਬੋਡੀ ਗਾਣੇ ਦੀ ਆਵਾਜ਼ ਸੁਣਾਈ ਦੇਣ ਲੱਗੀ। ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੀ ਫੈਨ ਫੋਲੋਇੰਗ ਵੀ ਵਧਣ ਲੱਗੀ। ਇਹ ਗਾਣਾ ਹੁਣ ਲਗਭਗ 140 ਮਿਲੀਅਨ ਕਰੋਸ ਕਰ ਚੁੱਕਿਆ ਹੈ। ਇਸ ਤੋਂ ਬਾਅਦ ਉਹਨਾਂ ਦਾ ਇੱਕ ਤੋਂ ਇੱਕ ਗਾਣਾ ਹਿੱਟ ਹੋਇਆ ਅਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਹਰ ਇੱਕ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਵਕਤ ਜ਼ਰੂਰ ਆਉਂਦਾ ਹੈ ਅਤੇ ਸਪਨਾ ਚੌਧਰੀ ਦੀ ਜ਼ਿੰਦਗੀ ਵਿੱਚ ਵੀ ਉਹ ਵਕਤ ਆ ਗਿਆ ਅਤੇ ਸਪਨਾ ਚੌਧਰੀ ਨੇ ਜ਼ਹਿਰ ਖਾ ਲਿਆ ਅਤੇ ਉਹ ਸੁਰੱਖਿਆ ਵਿੱਚ ਆ ਗਈ। ਕੁਝ ਦਿਨ ICU ਵਿੱਚ ਰਹਿਣ ਤੋਂ ਬਾਅਦ ਸਪਨਾ ਨੂੰ ਇੱਕ ਹੋਰ ਜ਼ਿੰਦਗੀ ਮਿਲ ਗਈ ਅਤੇ ਇਸ ਤੋਂ ਬਾਅਦ ਉਹਨਾਂ ਉੱਪਰ ਕਈ ਸਵਾਲ ਉੱਠਣ ਲੱਗੇ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ। ਗੱਲ 7 ਫਰਵਰੀ 2016 ਦੀ ਹੈ। ਉਹਨਾਂ ਨੇ ਗੁੜਗਾਓਂ ਦੇ ਇੱਕ ਸ਼ੋਅ ਵਿੱਚ ਦਲਿਤਾਂ ਨੂੰ ਬਾਵਲਾ ਕਹਿ ਦਿੱਤਾ ਸੀ। ਇਸ ਕਾਰਨ ਪੂਰਾ ਦਲਿਤ ਸਮਾਜ ਗੁੱਸੇ ਵਿੱਚ ਆ ਗਿਆ ਅਤੇ ਇਸ ਤੋਂ ਬਾਅਦ ਬਹੁਜਨ ਆਜ਼ਾਦ ਮੋਰਚੇ ਨੇ ਸੈਕਟਰ 29 ਦੇ ਥਾਣੇ ਵਿੱਚ FIR ਦਰਜ ਕਰਵਾ ਦਿੱਤੀ ਅਤੇ ਲੋਕਾਂ ਨੇ ਫੇਸਬੁੱਕ 'ਤੇ ਉਸਨੂੰ ਬਹੁਤ ਗਾਲਾਂ ਦਿੱਤੀਆਂ ਅਤੇ ਉਸਦੇ ਕੰਮ ਉੱਪਰ ਵੀ ਕਈ ਸਵਾਲ ਉਠਾਏ ਜਾਣ ਲੱਗੇ। ਲੋਕ ਕਹਿਣ ਲੱਗੇ ਕਿ ਸਪਨਾ ਦਾ ਡਾਂਸ ਅਸ਼ਲੀਲ ਹੁੰਦਾ ਹੈ ਅਤੇ ਵਿਵਾਦ ਵਾਧਾ ਦੇਖ ਕੇ ਹਰਿਆਣਵੀ ਮਿਊਜ਼ਿਕ ਕੰਪਨੀ ਮੋਰ ਮਿਊਜ਼ਿਕ ਨੇ ਸਪਨਾ ਤੋਂ ਨਾਤਾ ਤੋੜ ਲਿਆ। ਸਪਨਾ ਦੀ ਹਿੰਮਤ ਟੁੱਟ ਚੁੱਕੀ ਸੀ, ਉਸਨੇ ਇਸ ਦੁਨੀਆ ਨੂੰ ਛੱਡਣ ਦਾ ਫੈਸਲਾ ਕਰ ਲਿਆ। ਪਰ ਕਹਿੰਦੇ ਹੁੰਦੇ ਨੇ, ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਅਤੇ ਫਿਰ ਉਹਨਾਂ ਨੇ ਦੁਬਾਰਾ ਮਿਊਜ਼ਿਕ ਵਿੱਚ ਪੈਰ ਧਰਿਆ ਅਤੇ ਫਿਰ ਇਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਗਾਣਾ ਹਿੱਟ ਹੋ ਗਿਆ, ਰਾਮ ਜੀ ਸੂ ਅੱਜ ਤੱਕ ਆਇਆ ਨਾ ਹਿਸਾਬ, ਤੂੰ ਚੀਜ਼ ਲਾਜਵਾਬ ਤੇਰਾ ਕੋਈ ਨਾ ਜਵਾਬ। ਅਤੇ ਬਿੱਗ ਬੌਸ 11 ਦੇ ਮੰਚ ਤੋਂ ਹੀ ਸਲਵਾਰ ਕਮੀਜ਼ ਵਿੱਚ ਆਈ ਸਪਨਾ ਨੇ ਉਹਨਾਂ ਦੇ ਡਾਂਸ 'ਤੇ ਉਂਗਲੀ ਉਠਾਉਣ ਵਾਲੇ ਲੋਕਾਂ ਨੂੰ ਜਵਾਬ ਦੇ ਦਿੱਤਾ ਕਿ ਮੈਂ ਇੰਨਾ ਹੀ ਕੱਪੜਿਆਂ ਵਿੱਚ ਡਾਂਸ ਕਰਦੀ ਹਾਂ, ਗੰਦਗੀ ਮੇਰੇ ਡਾਂਸ ਵਿੱਚ ਨਹੀਂ ਲੋਕਾਂ ਦੀਆਂ ਅੱਖਾਂ ਵਿੱਚ ਹੈ। ਇਸ ਤਰ੍ਹਾਂ ਸਪਨਾ ਚੌਧਰੀ ਨੇ ਦੁਬਾਰਾ ਸਾਬਿਤ ਕਰ ਦਿੱਤਾ ਕਿ ਉਹ ਇੱਕ ਬਹੁਤ ਵਧੀਆ ਡਾਂਸਰ ਹਨ ਅਤੇ ਉਹਨਾਂ ਦਾ ਨੇਚਰ ਬਹੁਤ ਜ਼ਿਆਦਾ ਵਧੀਆ ਹੈ ਅਤੇ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਉਹ ਅੱਗੇ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ। ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣਾ ਚੈਨਲ ਰੋਇਲ ਪੰਜਾਬ ਜ਼ਰੂਰ ਸਬਸਕ੍ਰਾਈਬ ਕਰਿਓ।